ਮਲੋਟ ਵਿਖੇ ਕਾਂਗਰਸ ਦੀ ਕਿਸਾਨ ਰੈਲੀ ਵਿੱਚ ਉਸ ਵੇਲੇ ਸਾਰੇ ਹੱਕੇ ਬੱਕੇ ਰਹਿ ਗਏ ਜਦੋਂ ਮੰਚ ਤੋਂ ਇੱਕ ਅੰਮ੍ਰਿਤਧਾਰੀ ਨੌਜਵਾਨ ਨੇ ਖਾਲਿਸਤਾਨ ਦੇ ਹੱਕ ਵਿੱਚ ਨਾਰਾ ਲਾ ਦਿੱਤਾ। ਇਹ ਨੌਜਵਾਨ ਕੌਣ ਸੀ ਇਸ ਬਾਰੇ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ। ਇਸ ਸੰਬੰਧੀ ਭਾਵੇਂ ਬਾਅਦ ਵਿੱਚ ਡਿਪਟੀ ਅਜੈਬ ਸਿੰਘ ਭੱਟੀ ਨੇ ਉਕਤ ਵਿਅਕਤੀ ਦੀ ਗੱਲ ਦਾ ਖੰਡਨ ਕਰਦਿਆਂ ਇਸ ਦਾ ਪਾਰਟੀ ਨਾਲ ਸੰਬੰਧ ਨਾ ਹੋਣ ਦੀ ਗੱਲ ਕਹੀ, ਪਰ ਇਸ ਚਰਚਾ ਨੇ ਜ਼ੋਰ ਫੜਿਆ ਹੈ ਕਿ ਇਸ ਨੂੰ ਮੰਚ 'ਤੇ ਚੜਾਉਣ ਵਾਲੇ ਕਾਂਗਰਸੀ ਕਿਤੇ ਜਾਣਬੁੱਝ ਕੇ ਮਾਹੌਲ ਤਾਂ ਖਰਾਬ ਨਹੀਂ ਕਰਨਾ ਚਾਹੁੰਦੇ ਸੀ। ਜਾਣਕਾਰੀ ਦੇ ਮੁਤਾਬਕ ਕਾਂਗਰਸ ਦੀ ਰੈਲੀ ਵਿੱਚ ਪ੍ਰੋਗਰਾਮ ਚੱਲ ਰਿਹਾ ਸੀ ਤਾਂ ਇੱਕ ਨੌਜਵਾਨ ਨੇ ਪਹਿਲਾਂ ਡਿਪਟੀ ਸਪੀਕਰ ਦੇ ਪੈਰਾਂ ਨੂੰ ਹੱਥ ਲਾਇਆ ਅਤੇ ਬਾਅਦ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਹੱਕ ਵਿੱਚ ਨਾਰੇ ਲਾਉਣ ਲਈ ਸਮਾਂ ਮੰਗਿਆ। ਜਦੋਂ ਉਕਤ ਨੌਜਵਾਨ ਮਾਈਕ 'ਤੇ ਬੋਲਣ ਲੱਗਾ ਤਾਂ ਕੇਂਦਰ ਦੇ ਧੱਕੇ 'ਤੇ ਕੈਪਟਨ ਅਮਰਿੰਦਰ ਸਿੰਘ ਦੇ ਹੱਕ ਵਿੱਚ ਗੱਲ ਕਰਕੇ ਉਸ ਨੇ ਖਾਲਿਸਤਾਨ ਦੀ ਗੱਲ ਕਰਦਿਆਂ ਨਾਰਾ ਲਾ ਦਿੱਤਾ। ਇੱਕ ਮਿੰਟ ਵਿੱਚ ਵਾਪਰੇ ਘਟਨਾਕ੍ਰਮ ਦੇ ਨਾਲ ਸਾਰਿਆਂ ਦੇ ਦੰਦ ਜੁੜ ਗਏ ਅਤੇ ਪ੍ਰਬੰਧਕਾਂ ਨੇ ਉਸ ਨੂੰ ਫੜ ਕੇ ਮੰਚ ਤੋਂ ਉਤਾਰ ਦਿੱਤਾ। ਬਾਅਦ ਵਿੱਚ ਡਿਪਟੀ ਸਪੀਕਰ ਵੱਲੋਂ ਉਕਤ ਨੌਜਵਾਨ ਵੱਲੋਂ ਬੋਲੇ ਸ਼ਬਦਾਂ ਦਾ ਖੰਡਨ ਕੀਤਾ ਗਿਆ। ਉਧਰ ਕਾਂਗਰਸ ਦੇ ਮੰਚ 'ਤੇ ਖਾਲਿਸਤਾਨ ਦਾ ਨਾਰਾ ਲਾਉਣ ਵਾਲੇ ਸਟੇਜ 'ਤੇ ਚੜਾਉਣ ਵਾਲੇ ਕਾਂਗਰਸੀ ਗੁਰਮੀਤ ਸਿੰਘ ਖੋਖਰ ਨੂੰ ਪੁੱਛਿਆ ਤਾਂ ਉਸਨੇ ਇੱਕ ਸੀਨੀਅਰ ਕਾਂਗਰਸੀ ਦਾ ਨਾਂ ਲੈ ਕੇ ਕਿਹਾ ਕਿ ਉਸ ਦੇ ਕਹਿਣ 'ਤੇ ਮੰਚ 'ਤੇ ਚੜਾਇਆ ਗਿਆ ਸੀ। ਇਸ ਸੰਬੰਧੀ ਜਦੋਂ DSP ਮਲੋਟ ਭੁਪਿੰਦਰ ਸਿੰਘ ਰੰਧਾਵਾ ਨਾਲ ਉਕਤ ਨੌਜਵਾਨ 'ਤੇ ਕਾਨੂੰਨੀ ਕਾਰਵਾਈ ਹੋਣ ਸੰਬੰਧੀ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਪੁਲਿਸ ਜਾਂਚ ਕਰ ਰਹੀ ਹੈ। ਹਾਲੇ ਨੌਜਵਾਨ ਦੀ ਸ਼ਨਾਖਤ ਨਹੀਂ ਹੋਈ, ਪਰ ਪਤਾ ਲੱਗਾ ਕਿ ਉਹ ਮਾਨਸਿਕ ਤੌਰ 'ਤੇ ਠੀਕ ਨਹੀਂ। ਬਾਕੀ ਜਾਂਚ ਤੋਂ ਬਾਅਦ ਕਾਰਵਾਈ ਕੀਤੀ ਜਾ ਸਕਦੀ ਹੈ। ਇਹ ਵੀ ਪਤਾ ਲੱਗਾ ਕਿ ਨੌਜਵਾਨ ਦਾ ਨਾਂ ਸੁਖਪ੍ਰੀਤ ਸਿੰਘ ਹੈ ਅਤੇ ਇਹ ਫਾਜ਼ਿਲਕਾ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਬਿਊਰੋ ਰਿਪੋਰਟ, ਆਵਾਜ਼ੀ ਕੌਮ TV। ਮਲੋਟ ਵਿਖੇ ਕਾਂਗਰਸ ਦੀ ਕਿਸਾਨ ਰੈਲੀ ਵਿੱਚ ਉਸ ਵੇਲੇ ਸਾਰੇ ਹੱਕੇ ਬੱਕੇ ਰਹਿ ਗਏ ਜਦੋਂ ਮੰਚ ਤੋਂ ਇੱਕ ਅੰਮ੍ਰਿਤਧਾਰੀ ਨੌਜਵਾਨ ਨੇ ਖਾਲਿਸਤਾਨ ਦੇ ਹੱਕ ਵਿੱਚ ਨਾਰਾ ਲਾ ਦਿੱਤਾ। ਇਹ ਨੌਜਵਾਨ ਕੌਣ ਸੀ ਇਸ ਬਾਰੇ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ। ਇਸ ਸੰਬੰਧੀ ਭਾਵੇਂ ਬਾਅਦ ਵਿੱਚ ਡਿਪਟੀ ਅਜੈਬ ਸਿੰਘ ਭੱਟੀ ਨੇ ਉਕਤ ਵਿਅਕਤੀ ਦੀ ਗੱਲ ਦਾ ਖੰਡਨ ਕਰਦਿਆਂ ਇਸ ਦਾ ਪਾਰਟੀ ਨਾਲ ਸੰਬੰਧ ਨਾ ਹੋਣ ਦੀ ਗੱਲ ਕਹੀ, ਪਰ ਇਸ ਚਰਚਾ ਨੇ ਜ਼ੋਰ ਫੜਿਆ ਹੈ ਕਿ ਇਸ ਨੂੰ ਮੰਚ 'ਤੇ ਚੜਾਉਣ ਵਾਲੇ ਕਾਂਗਰਸੀ ਕਿਤੇ ਜਾਣਬੁੱਝ ਕੇ ਮਾਹੌਲ ਤਾਂ ਖਰਾਬ ਨਹੀਂ ਕਰਨਾ ਚਾਹੁੰਦੇ ਸੀ। ਜਾਣਕਾਰੀ ਦੇ ਮੁਤਾਬਕ ਕਾਂਗਰਸ ਦੀ ਰੈਲੀ ਵਿੱਚ ਪ੍ਰੋਗਰਾਮ ਚੱਲ ਰਿਹਾ ਸੀ ਤਾਂ ਇੱਕ ਨੌਜਵਾਨ ਨੇ ਪਹਿਲਾਂ ਡਿਪਟੀ ਸਪੀਕਰ ਦੇ ਪੈਰਾਂ ਨੂੰ ਹੱਥ ਲਾਇਆ ਅਤੇ ਬਾਅਦ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਹੱਕ ਵਿੱਚ ਨਾਰੇ ਲਾਉਣ ਲਈ ਸਮਾਂ ਮੰਗਿਆ। ਜਦੋਂ ਉਕਤ ਨੌਜਵਾਨ ਮਾਈਕ 'ਤੇ ਬੋਲਣ ਲੱਗਾ ਤਾਂ ਕੇਂਦਰ ਦੇ ਧੱਕੇ 'ਤੇ ਕੈਪਟਨ ਅਮਰਿੰਦਰ ਸਿੰਘ ਦੇ ਹੱਕ ਵਿੱਚ ਗੱਲ ਕਰਕੇ ਉਸ ਨੇ ਖਾਲਿਸਤਾਨ ਦੀ ਗੱਲ ਕਰਦਿਆਂ ਨਾਰਾ ਲਾ ਦਿੱਤਾ। ਇੱਕ ਮਿੰਟ ਵਿੱਚ ਵਾਪਰੇ ਘਟਨਾਕ੍ਰਮ ਦੇ ਨਾਲ ਸਾਰਿਆਂ ਦੇ ਦੰਦ ਜੁੜ ਗਏ ਅਤੇ ਪ੍ਰਬੰਧਕਾਂ ਨੇ ਉਸ ਨੂੰ ਫੜ ਕੇ ਮੰਚ ਤੋਂ ਉਤਾਰ ਦਿੱਤਾ। ਬਾਅਦ ਵਿੱਚ ਡਿਪਟੀ ਸਪੀਕਰ ਵੱਲੋਂ ਉਕਤ ਨੌਜਵਾਨ ਵੱਲੋਂ ਬੋਲੇ ਸ਼ਬਦਾਂ ਦਾ ਖੰਡਨ ਕੀਤਾ ਗਿਆ। ਉਧਰ ਕਾਂਗਰਸ ਦੇ ਮੰਚ 'ਤੇ ਖਾਲਿਸਤਾਨ ਦਾ ਨਾਰਾ ਲਾਉਣ ਵਾਲੇ ਸਟੇਜ 'ਤੇ ਚੜਾਉਣ ਵਾਲੇ ਕਾਂਗਰਸੀ ਗੁਰਮੀਤ ਸਿੰਘ ਖੋਖਰ ਨੂੰ ਪੁੱਛਿਆ ਤਾਂ ਉਸਨੇ ਇੱਕ ਸੀਨੀਅਰ ਕਾਂਗਰਸੀ ਦਾ ਨਾਂ ਲੈ ਕੇ ਕਿਹਾ ਕਿ ਉਸ ਦੇ ਕਹਿਣ 'ਤੇ ਮੰਚ 'ਤੇ ਚੜਾਇਆ ਗਿਆ ਸੀ। ਇਸ ਸੰਬੰਧੀ ਜਦੋਂ DSP ਮਲੋਟ ਭੁਪਿੰਦਰ ਸਿੰਘ ਰੰਧਾਵਾ ਨਾਲ ਉਕਤ ਨੌਜਵਾਨ 'ਤੇ ਕਾਨੂੰਨੀ ਕਾਰਵਾਈ ਹੋਣ ਸੰਬੰਧੀ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਪੁਲਿਸ ਜਾਂਚ ਕਰ ਰਹੀ ਹੈ। ਹਾਲੇ ਨੌਜਵਾਨ ਦੀ ਸ਼ਨਾਖਤ ਨਹੀਂ ਹੋਈ, ਪਰ ਪਤਾ ਲੱਗਾ ਕਿ ਉਹ ਮਾਨਸਿਕ ਤੌਰ 'ਤੇ ਠੀਕ ਨਹੀਂ। ਬਾਕੀ ਜਾਂਚ ਤੋਂ ਬਾਅਦ ਕਾਰਵਾਈ ਕੀਤੀ ਜਾ ਸਕਦੀ ਹੈ। ਇਹ ਵੀ ਪਤਾ ਲੱਗਾ ਕਿ ਨੌਜਵਾਨ ਦਾ ਨਾਂ ਸੁਖਪ੍ਰੀਤ ਸਿੰਘ ਹੈ ਅਤੇ ਇਹ ਫਾਜ਼ਿਲਕਾ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਬਿਊਰੋ ਰਿਪੋਰਟ, ਆਵਾਜ਼ੀ ਕੌਮ TV।